ਅਲੈਕੁਮ ਅਰਹਮਤੁਲਲਾਹ ਵਬਰਕਾਤੁ ਮੇਰੇ ਸਾਰੇ ਭਰਾ ਜਿਹੜੇ ਮੈਨੂੰ ਵੇਖ ਰਹੇ ਨੇ ਇਨਸ਼ਾਅੱਲਾ ਮੈਨੂੰ ਉਮੀਦ ਅਲਮੁਦੁਲਿਲਾ ਕਿ ਉਹ ਠੀਕ ਠਾਕ ਹੋਣਗੇ ਖੈਰੀਅਤ ਨਾਲ ਹੋਣਗੇ ਅੱਜ ਮੈਂ ਆਸੀ ਬਾਹਰ ਤੇ ਮੈਂ ਕਿਹਾ ਮੈਂ ਆਪਣੇ ਵੀਰਾਂ ਨੂੰ ਸੈਰ ਕਰਾਵਾਂ ਥੋੜੀ ਜੀ ਨਾਲੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਮੂੰਜੀ ਸਾਡੇ ਪੇੜ ਚ ਲੱਗਦੀ ਐ ਝੋਨਾ ਚਾਵਲ ਦੀ ਫਸਲ ਲੱਗਦੀ ਐ ਜਿਹੜੀ ਮੌਸਮ ਜਿਹਾ ਆ ਜਿਹੜਾ ਚਾਵਲ ਦੀ ਫਸਲ ਲੱਗਦਾ ਤੇ ਇਹ ਪਹਿਲਾਂ ਇੱਥੋਂ ਪਨੀਰੀ ਪੁੱਟਦੇ ਆ ਪਨੀਰੀ ਪੁੱਟਣ ਤੋਂ ਬਾਅਦ ਉਸ ਤੋਂ ਬਾਅਦ ਜਾਂਦੇ ਆ ਅਗਲੇ ਬੰਨੇ ਬੀਜਦੇ ਆ ਜਾ ਕੇ ਪਾਣੀ ਦੇ ਵਿੱਚ ਇੱਕ ਇੱਕ ਦੋ ਦੋ ਢੀ ਫਿਰ ਉਸ ਤੋਂ ਬਾਅਦ ਉਹ ਪਾਣੀ ਲਾਉਂਦੇ ਪਾਣੀ ਦੇ ਵਿੱਚ ਵਾਦੀ ਆ ਇਸ ਤੋਂ ਬਾਅਦ ਤੁਹਾਨੂੰ ਅੱਗੇ ਲੈ ਕੇ ਜਾਣਾ ਜਿੱਥੇ ਫਸਲ ਦੂਸਰੀ ਤਰ੍ਹਾਂ ਲੱਗੀ ਆ ਤੇ ਗਰਮੀ ਬਹੁਤ ਜ਼ਿਆਦਾ ਵਾ ਇਸ ਕਰਕੇ ਨਾ ਕਿਉਂਕਿ ਗਰਮੀ ਦੇ ਵਿੱਚ ਝੋਨਾ ਲੱਗਦਾ ਵਾ ਤੇ ਮੈਂ ਤੇ ਤੁਹਾਨੂੰ ਕਾਫੀ ਸਾਰੀ ਚੀਜ਼ ਦਿਖਾਉਣੀ ਸੀ ਹੋਰ ਵੀ ਤੇ ਮੈਂ ਕਿਾ ਚਲੋ ਇੱਕ ਦਫਾ ਨਾ ਐ ਵਿਖਾ ਦਾਂ ਮੈਂ ਇਹਨਾਂ ਨੂੰ ਸਾਰੇ ਭਰਾਵਾਂ ਨੂੰ ਤੇ ਇਨਸ਼ਾਅੱਲਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜੇ ਤੁਹਾਨੂੰ ਲਾਈਕ ਆਉਂਦੇ ਨੇ ਥੱਲੇ ਕਮੈਂਟ ਆਉਂਦੇ ਨੇ ਤੇ 마शाल्लाह ਜਿਆਦਾ ਤੋਂ ਜਿਆਦਾ ਤੁਸੀਂ ਵੀਡੀਓ ਸ਼ੇਅਰ ਵੀ ਕਰਿਆ ਕਰੋ ਲਾਈਕ ਕਰਿਆ ਕਰੋ ਕਿਉਂਕਿ ਇਸ ਤਰੀਕੇ ਨਾਲ ਨਾ ਹੋਰ ਤਾਂ ਕੁਝ ਨਹੀਂ ਹੁੰਦਾ ਲੇਕਿਨ ਇਹ ਹੌਸਲਾ ਵਧਦਾ ਰਹਿੰਦਾ ਵਾ ਅਗਲੇ ਦਾ ਹੌਸਲਾ ਵਸਾਈ ਹੁੰਦੀ ਰਹਿੰਦੀ ਆ ਮੇਰਾ ਵੀ ਦਿਲ ਕਰਦਾ ਕਿ ਮੈਂ ਆਪਣੇ ਭਰਾਵਾਂ ਵਾਸਤੇ ਹੋਰ ਅੱਛੀ ਅੱਛੀ ਵੀਡੀਓ ਬਣਾਵਾਂ ਤੇ ਇਨਸ਼ਾਅੱਲਾ ਮੈਂ ਹੋਰ ਵੀ ਜ਼ਿਆਦਾ ਵੀਡੀਓ ਬਣਾਵਾਂਗਾ ਆਪਣੇ ਪਿੰਡ ਦੇ ਬਾਰੇ ਪਿੰਡ ਕਲਚਰ ਬਾਰੇ ਤੇ ਹੋਰ ਵੀ ਚੀਜ਼ਾਂ ਦੱਸਾਂਗਾ ਤੁਹਾਨੂੰ ਮੈਂ ਤੇ ਇਹ ਪਹਿਲਾਂ ਤੁਹਾਨੂੰ ਕਿਉਂਕਿ ਮੈਂ ਵਹਾਇਆ ਜਿੱਥੋਂ ਪਨੀਰੀ ਪਹਿਲਾਂ ਬੀਜਦੇ ਆ ਪਨੀਰੀ ਪੁੱਟਣ ਤੋਂ ਬਾਅਦ ਪੁੱਟਦੇ ਆ ਉਥੋਂ ਪੁੱਟਣ ਤੋਂ ਬਾਅਦ ਐਦਾਂ ਪਾਣੀ ਦੇ ਵਿੱਚ ਲਿਆ ਕੇ ਬੀਜ ਦਿੰਦੇ ਆ ਇਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਬੀਜ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਪਾਣੀ ਲਗਾਉਂਦੇ ਆ ਤਕਰੀਬਨ 4 ਮਹੀਨੇ 3-4 ਮਹੀਨੇ ਪਾਣੀ ਲੱਗਦਾ ਵਾ ਪਾਣੀ ਲੱਗਣ ਤੋਂ ਬਾਅਦ ਫਿਰ ਹੁੰਦੀ ਫੁੱਲ ਦੀ ਆ ਆਓ ਤੁਹਾਨੂੰ ਮੈਂ ਵਹੋਣਾ ਵਾ ਜਿੱਦਾਂ ਇੱਕ ਦੂ ਹੁੰਦਾ ਵਾ ਤੇ ਮੇਰਾ ਮਤਲਬ ਕਿ ਟਰੈਕਟਰ ਦੇ ਨਾਲ ਪੈਲੀ ਨੂੰ ਸਖਤ ਕੀਤਾ ਜਾਂਦਾ ਵਾ ਕਿਉਂਕਿ ਪਹਿਲਾਂ ਪੈਲੀ ਨਰਮ ਹੋਈ ਹੁੰਦੀ ਆ ਕਣਕ ਵੱਢਦੇ ਆ ਕਣਕ ਤੋਂ ਬਾਅਦ ਪੈਲੀ ਨਰਮ ਹੋ ਜਾਂਦੀ ਆ ਤੇ ਇਸ ਕਰਕੇ ਟਰੈਕਟਰ ਦੇ ਨਾਲ ਪਾਣੀ ਦੇ ਵਿੱਚ ਕਦੂ ਕਰਦੇ ਆ ਕਦੂ ਨਾਲ ਪੈਲੀ ਸਖਤ ਹੋ ਜਾਂਦੀ ਵੀ ਜ਼ਿਆਦਾ ਪਾਣੀ ਥੱਲੇ ਨਾ ਜਾਵੇ ਮੈਂ ਤੁਹਾਨੂੰ ਕਦੂ ਹਾਂ ਦਾ ਵੀ ਇਨਸ਼ਾਅੱਲਾ ਬਹੋਨਾ ਵਾਂ ਤੇ ਉਹ ਕਾਫੀ ਦੂਰ ਆ ਜਰਾ ਇੱਥੋਂ ਤੇ ਇਨਸ਼ਾਅੱਲਾ ਮੈਂ ਨੇੜੇ ਜਾ ਕੇ ਤੁਹਾਨੂੰ ਹੁਣ